بسم اللہ الرحمن الرحیم مہربان رحمان رحیم کریم اللہ بانی مجلس حاضرین مجلس جتنے مومنین مومنات سنی یا شیعہ دربار بطول چاہے ہو بہت بڑی دعا پہ مگدا ما حسین ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰ ਮੈਂ ਸਮੇਂ ਜ਼ੀਸ਼ਾਨ ਨੂੰ ਮੌਲਾ ਬੜੇ ਰੰਗ ਲਾ ਬੜੇ ਚੁਣੇ ਹੋਏ ਲੋਕ ਹਨ ਜਿਨ੍ਹਾਂ ਨੂੰ ਕਾਇਮ ਆਲ ਮੁਹੰਮਦ ਇੰਤਖਾਬ ਕਰਦੇ ਅਰਬਾਂ ਪਤੀ ਲੋਕ ਸ਼ਹਿਰ 'ਚ ਵਧਣ ਲੇਕਿਨ ਥੋੜ੍ਹੀ ਵਿਛਾਉਣੀ ਇਹ ਕਹਿੰਦਾ ਨਸੀਬ ਇਹ ਹੁਸੈਨ ਦੀ ਅੰਮਾ ਨੂੰ ਪਤਾ ਸਾਡੇ ਇਹਨਾਂ ਬੱਚਿਆਂ ਨੂੰ ਯਾ ਅਲੀ ਰੰਗ ਲਾਵੇ ਇੱਕ ਅਸੀਂ ਦਫਾ ਮੇਰੇ ਬੱਚੇ ਬੈਠੇ ਨੇ ਔਰ ਬਹੁਤ ਅੱਛੇ ਲੱਖ ਇਹ ਨਹੀਂ ਵੀ ਮੈਂ ਆਖਣਾ ਤੋਂ ਅੱਛਾ ਜਿਹੜਾ ਅੱਛਾ ਆਉਂਦਾ ਹੈ ਉਹ ਯਕੀਨਨ ਅੱਛਾ ਕੋਈ ਬੰਦੇ ਅੱਛੇ ਨਹੀਂ ਆਉਂਦੇ ਦਿੰਗੇ ਬਣਨ ਦੀ ਕੋਸ਼ਿਸ਼ ਕਰਨ ਨਹੀਂ ਅੱਛਾ ਉਹ ਆਉਂਦਾ ਜਿਹਨੂੰ ਹੁਸੈਨ ਬਣਾ ਦੋ ਮੁਹਰਮ ਜੰਗਲ ਨੈਨਵਾ 'ਚ ਅਕਬਰ ਦੇ ਬਾਬੇ ਦੀ ਸਵਾਰੀ ਦੇ ਕਦਮ ਰੁਕੇ ਇਮਾਮ ਆਉਂਦੇ ਜਿਸ ਦੇ ਨਾਲ ਜ਼ਮੀਨ ਬੋਲੇ ਆਸਮਾਨ ਬੋਲੇ ਜ਼ਿੰਦਾ ਬੋਲੇ ਮੁਰਦਾ ਬੋਲੇ ਜ਼ਮੀਨ ਨੈਨਵਾ ਅਬੂ ਤੁਰਾਬ ਦੇ ਪੁੱਤਰ ਦੇ ਕਦਮ ਚਮਕਿਆ ਦੀ ਪਹਿਲਾ ਮੁਸਾਫਰ ਹੈ ਜਿਹੜਾ ਮੁਸਾਫਰ ਵੀ ਹੈ ਸ਼ਹਿਨਸ਼ਾਹ ਵੀ ਮਲਕਾ ਸ਼ਾਮ ਤੁਹਾਨੂੰ ਮੈਂ ਕਸੀਦਾ ਪੜ੍ਹਾਂ ਮੁਸਾਫਰ ਵੀ ਹੈ ਸ਼ਹਿਨਸ਼ਾਹ ਆਪ ਹੀ ਸੋਹਣਾ ਹੈ ਪੁੱਤਰ ਹੀ ਸੋਹਣਾ ਮੈਂ ਵੀਰਾਨੀ ਮੈਂ ਬੰਜਰ ਜ਼ਮੀਨ ਮੈਂ ਸੰਗਲਾਖ ਜ਼ਮੀਨ ਮੈਂ ਵਸਣ ਦੇ ਕਾਬਿਲ ਨਹੀਂ ਮੈਂ ਖੌਫਨਾਕ ਵਾਦੀ ਬੜੇ ਬੜੇ ਨਬੀ ਆਏ ਅਤੇ ਪਨਾਹ ਮੰਗ ਕੇ ਟੁਰ ਗਏ ਮੁਸਾਫਰ ਇੱਥੇ ਡੇਰੇ ਨਾਲ ਚਨੀ ਹੋਟਲ ਲਿਓ ਇੱਕ ਸਤਰ ਮੈਂ ਪੜ੍ਹਨੀ ਅਤੇ ਕਸੀਦਾ ਪੜ੍ਹ ਸਕ ਅਤੇ ਉਹ ਸਤਰ ਪੜ੍ਹ ਕੇ ਮੈਂ ਚੈੱਕ ਕਰਨਾ ਵਾ ਮਜਲਸ ਵੇਖਣ ਕਿਹੜੇ ਆਏ ਅਤੇ ਸੁਣਨ ਕਿਹੜੇ ਆਏ ਜ਼ਮੀਨਾਂ ਦੀ ਮੈਂ ਬੰਜਰ ਜ਼ਮੀਨ ਹਾਂ ਅਸੀਂ ਆਪਣੀ ਨੀਂਦਰ ਵੀ ਕਾਰ 'ਚ ਪੂਰੀ ਕਰਾਂਗੇ ਇਤਨੀ ਆਜ਼ਾਦਾਰੀ ਹੈ ਮਜ਼ਲੂਮ ਕਰਬਲਾ ਦੀ ਜਿਤਨਾ ਜਿਤਨਾ ਲੋਕ ਇਮਾਮ ਹੁਸੈਨ ਨੂੰ ਦਬਾ ਰਹੇ ਨੇ ਹੁਸੈਨ ਉਭਰਦਾ ਹੋਇਆ ਮੈਂ ਬੰਜਰ ਜ਼ਮੀਨ ਹਾਂ ਮੈਂ ਵਸਣ ਦੇ ਕਾਬਿਲ ਨਹੀਂ ਬੜੇ ਬੜੇ ਨਬੀ ਆਏ ਪਨਾਹ ਮੰਗ ਕੇ ਟੁਰ ਗਏ ਬੜੇ ਬੜੇ ਨਬੀ ਆਏ ਪਨਾਹ ਮੰਗ ਕੇ ਟੁਰ ਗਏ ਬੜੇ ਬੜੇ ਨਬੀ ਆਏ ਪਨਾਹ ਮੰਗ ਕੇ ਟੁਰ ਗਏ ਚਨੀਓਟਾ ਲਿਆਂ ਸਤਰ ਪੜ੍ਹਨ ਲਗਾ ਇਮਾਮ ਹੁਸੈਨ ਫਰਮਾਇੰਦੇ ਨੇ ਜ਼ਮੀਨ ਜ਼ਰਾ ਸੰਭਲ ਕੇ ਜਵਾਬ ਦੇ ਜਿਹੜੇ ਮੇਰੇ ਤੂੰ ਪਹਿਲੇ ਆਏ ਕਿਸੇ ਦੀ ਅੰਮਾ ਦਾ ਨਾਮ ਬਤੂਲ ਹਾਈ ਮਜਲਸ ਹੋ ਗਏ ਅਵਲ ਤੋਂ ਆਖਰ ਤੱਕ ਬੰਦੇ ਬੋਲਣ ਸ਼ੁਕਰ ਉਹਦੀ ਜ਼ਾਤ ਕਿਸੇ ਦੀ ਅੰਮਾ ਦਾ ਨਾਂ ਬਤੂਲ ਹੈ ਜ਼ਮੀਨਾਂ ਦੀ ਨਹੀਂ ਮੌਲਾ ਫਰਮਾਇੰਦੇ ਨੇ ਸਮਝ ਮੰਜ ਉਹ ਹੋਰ ਹਨ ਅਸਾਂ ਹੋਰ ਮੌਲਾ ਮੈਂ ਵਸ ਨਹੀਂ ਸਕਦੀ ਕਰੀਮੇ ਕਰਬਲਾ ਫਰਮਾਇੰਦੇ ਨੇ ਮੈਂ ਤੈਨੂੰ ਵਸਾਉਣਾ ਜ਼ਮੀਨ ਆਦੀ ਮੈਂ ਗੈਰ ਮੁਤਮਾਇਨ ਹਾਂ ਤੁਸੀਂ ਮੁਤਮਾਇਨ ਹੋ ਮੇਰੇ ਬਾਅਦ ਮੇਰੇ ਬੱਚੇ ਬੜੇ ਅੱਛੇ ਜ਼ਾਕਰ ਅਤੇ ਕਸੀਦਿਆਂ ਦੀਆਂ ਫੈਕਟਰੀ ਸੋਹਣੇ ਪੜ੍ਹਨ ਨਾਲ ਲੋਕ ਬੇਟਾ ਮਿਲਾਵਟ ਨਹੀਂ ਕਰਨੀ ਵਕਤ ਲੱਗ ਜਿਹੜਾ ਬੰਦਾ ਹਜ਼ਰਤ ਇਮਾਮ ਹੁਸੈਨ ਨਾਲ ਧੋਖਾ ਕਰਦਾ ਹੈ ਨਾ
ਉਹਦਾ ਪਿਓ ਹੀ ਕੋਈ। ਹਰਾਮਜ਼ਾਦਾ ਹੈ ਉਹ ਬੰਦਾ ਜਿਹੜਾ ਜ਼ੈਨਬ ਦੇ ਬਿਰਾ ਨਾਲ ਪੈਸੇ ਦੀ ਖਾਤਰ ਧੋਖਾ ਕਰ। ਹੁਸੈਨ ਦਾ ਇੰਤਕਾਮ ਬੜਾ ਡਾਢਾ ਹੈ, ਬਚ ਵੰਜੋ ਹੁਸੈਨ ਦੇ ਘਰ ਤੋਂ। ਹੁਸੈਨ ਦਾ ਜ਼ਿਕਰ ਨਾ ਮੇਰਾ ਮੁਹਤਾਜ ਹੈ ਨਾ ਤੁਹਾਡਾ ਮੁਹਤਾਜ, ਇਹ ਉਹਨਾਂ ਦੀ ਆਪਣੀ ਲੱਜ ਪਾ ਲਈ ਜਿਹਨੂੰ ਟਾਈਮ ਦੇ ਦੇ। ਤੁਹਾਡੀ ਮਿੰਨਤ ਪੈ ਕਰਦਾ ਹਜ਼ਰਤ ਇਮਾਮ ਹੁਸੈਨ ਦੇ ਕਾਹਰ ਤੋਂ ਬਚਪਨ ਜੋ ਕਿਸੇ ਦੇ ਆਖੇ ਲੱਗ ਕੇ ਆਪਣੀ ਕਬਰ ਗੰਦੀ ਨਾ ਕਰੇ। ਇਹ ਮੇਰੀ ਮਜਲਿਸ ਜਿਹੜੀ ਮੈਂ ਪੜ੍ਹ ਔਰ ਜਿਹੜੀ ਕਿ ਸ਼ਾਮ ਤੋੜੀ ਕਿਸੇ ਨੇ ਪੜ੍ਹ, ਇਹ ਮਜਲਿਸ ਕਿਸੇ ਨੇ ਪੜ੍ਹਨੀ ਜਿਹੜੀ ਮੈਂ ਪੜ੍ਹਦਾ ਨਾ ਜੀ। ਕਿਸੇ ਨੇ ਜਿਹੜਾ ਨੇਜ਼ੇ 'ਤੇ ਸੱਚ ਬੋਲਦਾ ਹੈ ਉਹਦੇ ਮਿੰਬਰ 'ਤੇ ਫਰਾਡ ਕਰਨਾ, ਆਪਣੇ ਪਿਓ ਦੇ ਹੈ ਨਹੀਂ ਨਹੀਂ ਭਾਵੇਂ ਕੋਈ ਹੋ। ਅਸੀਂ ਤਾਂ ਪੜ੍ਹੀਏ ਮੌਲਾ ਫਰਮਾਇੰਦੇ ਨੇ ਮੈਂ ਤੈਨੂੰ ਵਸਾਉਣਾ ਹੈ ਜ਼ਮੀਨ ਆਦਿ, ਮੈਂ ਵਸਣ ਦੇ ਕਾਬਿਲ ਨਹੀਂ। ਅੱਛਾ ਮੌਲਾ ਜੇ ਵਸਾਉਣਾ ਹੈ ਤਾਂ ਜ਼ਰਾ ਆਪਣਾ ਤਾਰਫ ਤਾਂ ਕਰਾ, ਕਿੱਥੋਂ ਦਾ ਵਸਦਾ ਹੈ? ਜਿਹੜੇ ਬੋਲ ਸਕਦੇ ਹੋ ਬੋਲੋ, ਜਿਹੜੇ ਨਹੀਂ ਬੋਲ ਸਕਦੇ ਯਾਰ ਯਾਰ ਕੋਈ ਕੋਈ ਜ਼ਰੂਰੀ ਨਹੀਂ, ਬਸ ਤੁਸੀਂ ਲਾਜ਼ਮੀ ਬੋਲੋ। ਬੋਲਣਾ ਉਹਨਾਂ ਹੈ ਜਿਹਨਾਂ ਦਾ ਬੋਲਣ ਨਜਫ ਦਿਵਾਲੀ ਨੂੰ ਪਸੰਦ। ਪੱਤਾ ਵੀ ਨਹੀਂ ਹਿਲਤਾ ਬਗੈਰ ਉਸਕੀ ਰਜ਼ਾ ਕੇ, ਔਰ ਉਹਦੀ ਰਜ਼ਾ ਦਾ ਨਾਂ ਅਲੀ। ਮੌਲਾ ਤਾਰਫ ਤਾਂ ਕਰਾਓ, ਰਸੂਲ ਦੇ ਪੁੱਤਰ ਨੇ ਜ਼ਮੀਨ ਨੈਨਵਾ ਨੂੰ ਜਿਹੜਾ ਤਾਰਫ ਕਰਾਇਆ। ਓਮ ਮੇਰਾ ਅਫਲਾਕ ਪੇ ਜਿਤਾਦਾ ਹੈ, ਮੈਂ ਹੂੰ ਜਿਸ ਨੇ ਤੁਝੇ ਬਸਾਨਾ ਹੈ। ਮਲਕਾ ਸ਼ਾਮ ਬਸ ਰਾਜ਼ੀਆਂ, ਮਲਕਾ ਸ਼ਾਮ ਤੁਹਾਨੂੰ ਵਸਤਿਆਂ ਰੱਖੇ। ਮੇਰਾ ਅਫਲਾਕ ਪੇ ਤੇਰੀ ਇਸ ਖਾਕ ਪੇ ਜਬੀ ਰੱਖ ਕੇ। ਬੇਟਾ ਪਸੰਦ ਆ ਰਿਹਾ ਕਸੀ ਜੀ? ਤੇਰੀ ਇਸ ਖਾਕ ਪੇ ਜਬੀ ਰੱਖ ਕੇ ਮੈਨੇ ਤੌਹੀਦ ਕੋ ਬਚਾ। ਜ਼ਮੀਨ ਆਦਿ ਮੌਲਾ ਜ਼ਰਾ ਨਾਨਕਿਓ ਦਾਦਕਿਓ ਤਾਰਫ ਤਾਂ ਕਰਾ, ਨਾਨਕਿਓ ਦਾਦਕਿਓ ਤਾਰਫ ਤਾਂ ਕਰਾ। ਪਹਿਲੀ ਸਤਰ 'ਚ ਇੱਕ ਲਫਜ਼ ਆ ਰਿਹਾ ਫਰਦਾ, ਜਿਹਦਾ ਮਤਲਬ ਹੈ ਮੁਸਤਕਬਿਲ, ਫਰਦਾ ਮੁਸਤਕਬਿਲ। ਤੇਰੀ ਇਸ ਖਾਕ ਪੇ ਜਬੀ ਰੱਖ ਕੇ ਮੈਨੇ ਤੌਹੀਦ ਕੋ ਬਚਾਉਣਾ, ਤੋ ਸਾਂਝੀਓ ਦੁਆਲੇ ਬਚੜੇ ਜੀਵਾਨ। ਤੇਰੀ ਇਸ ਖਾਕ ਪੇ ਜਬੀ ਰੱਖ ਕੇ ਮੈਨੇ ਤੌਹੀਦ ਕੋ ਬਚਾਉਣਾ। ਨਵਾਬੇ ਕਰਬਲਾ ਜ਼ਮੀਨ ਨੈਨਵਾ ਨੂੰ ਫਰਮਾ ਰਹਿਣ, ਮੇਰਾ ਬਾਬਾ ਬਹਾਨ ਤੋ ਸਾਂਝੀਓ ਤੁਹਾਡੇ ਬਚੜੇ ਜੀਵਾਨ। ਤੇਰੀ ਇਸ ਖਾਕ ਪੇ ਜਬੀ ਰੱਖ ਕੇ ਮੈਨੇ ਤੌਹੀਦ ਕੋ ਬਚਾ, ਤੇਰੀ ਇਸ ਖਾਕ ਪੇ ਜਬੀ ਰੱਖ ਕੇ ਮੈਨੇ ਤੌਹੀਦ ਕੋ ਬਚਾ। ਜ਼ੈਨ ਤਿਆਰ ਹੋਣ ਬੈ ਨਵਾਬ ਕਰਬਲਾ ਜ਼ਮੀਨ ਨੈਨਵਾ ਨੂੰ ਫਰਮਾ ਰਹਿਣ, ਮੇਰਾ ਬਾਬਾ ਸ਼ਹਿਨਸ਼ਾਹ ਮੇਰਾ ਨ
بڑے اچھے ذاکر تے سنبھل بنجو بھائی، ذاکراں دی پھول ٹٹی ہو، اصل خلوص ہے بانی دا، ورنہ پیسے نال بندے قابو نہیں ہوندے، یہ خلوص ہے۔ ابو الفضل نے صبر دے بادشاہ دے پیر چمے، کیا دن شہنشاہ زمین منع کر رہی ہے کہ ڈیرے نہ لاؤ، جناب فرما رہے لا دیو، مولا کوئی منشور تو دسو تسی چاہتے کیوں، تیری اس خاک پہ جبی رکھ کے میں نے توحید کو بچانا، چنی اوٹا لے آؤں نواب کربلا زمین نینوان فرما رہے خاک کون ماشاء زمینہ دی شہنشاہ میں بنجر زمینہ کے لین دے ہو، وس میں سکدی نہیں میرے کو کے لے دے، فرمائندے ہیں تو اپنے آپ نو بنجر نہ سمجھ، تیری اس خاک پہ جبی رکھ کے میں نے توحید کو بچا، زمین نینوان نواب کربلا فرما رہے ہیں شان تیری میں یوں بڑا شیر دی ختم، اس شیر دی خاطر میں تھوڑے ذہن تیار کیتے ہیں جتھے چاند آس ہوتے پہنچ گئے، ہن پچھے ہٹو تو میں ذاکر ہی نہیں، ماں پتر ہی جایا جڑا بندہ دربار بتول چاہے سا لینا پی ہوے تو بولے نہیں، یہ کدا ہی بولا، دوجی سطر تے توجہ بھائی، جتنا جتنا تو ماوا نادے علی پڑھ کے دودھ پوایا نا جی، دوجی سطر تے اتنا بولنا ہے میری شہرت واسطے نہیں اپنی جنت واسطے، تیری اس خاک پہ جبی رکھ کے میں نے توحید کو بچانا، تو سانجی او دوارے بچڑے جیوان، میں بڑی محنت کیتی ہے تھوڑے ذہن نال رلاون دی خاطر، دوجی سطر تے توجہ بھائی ختم، تیری اس خاک پہ جبی رکھ کے میں نے توحید کو بچانا، مولا بڑے بڑے نبی آئین تے پناہ منگ کے ٹر گئے، بڑے بڑے نبی آئین تے پناہ منگ کے ٹر گئے، نواب کربلا زمین نینوان فرما رہے ہیں تن نبیوں کو آزمایا ہے، تن نبیوں کو آزمایا ہے، غور کر اب حسین آ رہا ہے،
कसीदे का मजा आए वाह पुत्रा अजीम मजमा है। इमाम हुसैन फरमाते हैं जमीन तू परेशान है ते मैं तन जन्नत बनाउन दे मूड च इख्तियारात वेखो रसूल दे पुत्र दे मैं तन जन्नत बनाउन दे मूड च मौला जन्नत बनाउन ते बड़ा खर्चा आउंदा है। इमाम फरमाते हैं मेरी माँ बतूल ने मैं पूरी करबला पाल के दी क्या सुलझे मजलस है मेरी माँ बतूल ने मैं पूरी करबला पाल के दी। मेरे बाबा जाकर नाम हुसैन आज तो 65 साल पहले एक कथा पढ़ते सुनाव जी मेरे बाबा पढ़ते हैं मोहताज को चाहे तो करे पल में सिकंदर तौहीद बयान हो रहा मोहताज को चाहे तो करे पल में सिकंदर गर चाहे यतीमों को रसूल अल्लाह बना दे और माँ कहती थी हसनैन को जानू पे बिठा कर अल्लाह तो मुसाफिर को जबीउल्ला बना दे तो सांझी ओ दाले बचले जी मां मौला फरमाते हैं मैं तन जन्नत बनाउन दे मूड चा तू परेशान है मौला जन्नत बनाउन ते बड़ा टाइम लगता है फरमाते हैं एक मिनट लगना है मैं तन जन्नत बना तेरी इस खाक पे जबी रख के मैंने तौहीद को बचाना है। नवाब करबला जमीन नैनवानू फरमा रहे हैं तूने नबियों को मुश्किल सिर्फ असर ने मुस्कुराना है। मलका शाम पर सलामत रहे।